बिस्मिल्लाहिर्रहमानिर्रहीम, अस्सलाम वालेकुम। कैसे सब, उम्मीद करती हूँ अल्लाह के फजल करम और शुक्र के साथ सब ठीक होंगे। तो व्लॉग के करती हूँ जी आगाज़, तकरीबन 8-9 बजे का टाइम है। अब्बास फिर चटके मार दे, बंद कर दिया। अब्बास फिर चटके मार दे, बंद कर दिया। तो जा रही हूँ बाजार, एक तो नैफत मक्के सैंडल लेने हैं। नैफत मैं इधर ही आपके पास घर पे रहेगी, जिसकी मैंने क्लिनिक करवाई है, ये घर पे रहेगी, अपनी अपी के पास पप्पा के पास रहेगी। तो और साथ में मेरा एक पार्सल आना है चौकासम पे, वो लेने जा रहे हैं। मेरा बस एक घंटे में हम लोग वापस आ जाएंगे। नए पप्पे घर पे वो देख रहे हैं कि मम्मा ने मास्क लगाया तो कहीं जा रहे हैं। पा के जाना है, अब क्या आ चटके मार दिया। बंद कर दे, 16 चल रहा है, बंद कर दे। 16 चल रहा है, चलो। तो पार्सल में क्या होगा वो भी इंशाल्लाह आप लोगों के साथ शेयर करेंगे। तो अनाया फातिमा का मैंने नाप ले लिया सैंडल का, गर्मी बहुत ज़्यादा है इसलिए इसको नहीं लेके जा रही। जो इसको पहनाए थे ना मैंने वॉकर में सैंडल, वो इसे सारे तोड़ दिए। ये वाला इसका जूता लेके जा रही हूँ नाप के लिए, क्योंकि गर्मी बहुत ज़्यादा है ना इसलिए इसको साथ में लेके जा रही। बस जी मेरा मेरे भैन ने इन्हें फिल्टर पी लिया, छोटी बोतल दुध है इन्हू मेरे भैन छुड़ा लिया जी। बस असं आए थे गए चौका से, हम लोग पहुँच चुके हैं। फातिमा के जूते ले लिए और अभी हम लोग यहाँ से लेने लगे, जब पार्सल उठाने लगे अपना, फिर घर वापस। और कुछ चीज़ें ली हैं बच्चों के लिए, तो फिर पार्सल उठाना तो घर वापस। बिस्मिल्लाहिर्रहमानिर्रहीम, अस्सलाम वालेकुम, कैसे सब, उम्मीद करते सब ठीक होंगे। अच्छा जी, हम बाजार से वापस आ गए, पार्सल अपना लेके आए वापस। तो फिलहाल मैं पहले सबसे पहले अपना चूल्हा उठानी है, दूसरे किसे ढूंढ ले। नीचे ला के नीचे लाए, ऐसे देख रहे हैं यार, अच्छा से देख। ए नीचे पैर है, पैर ये नीचे पैर ने बैठा है। ए अब्बास ही सेट करना। अम्मी जी किस तरह लगा, सोना है चूल्हा मेरा के लगा है तेनु। मैं ये जगह बनी होती है, पैर नु टैक चेक कर ले, पता सब लगा है। अरे पर हो रहा है, सेट कर काटना आ रहा है, भाई चला चला नहीं चल गया, चाहिए भाभी चला, ठीक नहीं लगा मेरे को, मेरा सही लग गया।
ਤੁਸੀਂ ਜਿਹੜਾ ਜਲਾਉਣ ਲੱਗੇ ਲਾ ਦਿਓ ਬਸ ਰਸੋਈ ਜਿਵੇਂ ਲੱਗ ਗਿਆ। ਅੱਛਾ ਜੀ ਇਹ ਚੁੱਲ੍ਹਾ ਨਿਸ਼ਾ ਬੜਾ ਭੱਜਦੀ ਬੱਚੀ ਮੇਰਾ ਕੀ ਦਿਖਾਉਂਦੇ ਮੈਨੂੰ ਦਿਖਾਓ ਕੇ ਭਵਿਆ ਸੀ ਮੈਂ ਵੀ ਮੈਨੂੰ ਦਿਖਾਈ ਜਾਂਦੀ ਬਸ ਇੱਕ ਮਾਰੀ ਸਾਡੀ ਮੈਰਿਜ ਤੁਹਾਡੇ ਲੋ ਜੀ ਇਹ ਹੁਣ ਗਰਮੀਆਂ ਚ ਵੀ ਪੈਣਗੇ ਵਾਲੀ ਤੇ ਹੋਣੀ ਪੂਰੀ ਹੋਣੀ ਸੀ ਨਹੀਂ ਉਤਾਰ ਸਕਣੇ ਕਿਉਂਕਿ ਆ ਬਟਨ ਲੱਗੇ ਨਾ ਮੇਰਾ
ਇਹ ਬਾਲਾਂ ਦਾ ਉਹਨਾਂ ਵੀ ਤੁਸੀਂ ਸਾੜ ਲੈਣਾ ਇਹਨਾਂ ਮੈਂ ਤੁਹਾਨੂੰ ਦੱਸਾਂ ਇਹ ਬੰਦਾ ਸਾੜਦਾ ਪਹਿਲੇ ਪਹਿਲੇ ਪਾਵਰ ਆਨ ਆਫ ਠੀਕ ਹੋ ਗਿਆ ਸਾਡੇ ਬਾਲ ਸਿੱਧੇ ਸਾਡੇ ਕੋਲ ਹੁੰਦੇ ਅੱਛਾ ਇੱਕ ਲਾਉਣਾ ਬੱਚੇ ਹਾਂਜੀ ਆਹ ਵਿੱਚ ਕੀ ਰੁੜ ਕੇ ਆਹ ਵੀ ਕੀ ਰੁੜ ਕੇ ਇੱਕ ਆਵਾਜ਼ੀ ਮੇਰਾ ਜੁੱਤਾ ਅੰਮੀ ਜੀ ਅੱਛਾ ਬਿਲਕੁਲ ਹੋਣਾ ਹੈ ਇਹ ਚੈੱਕ ਕਰਿਓ ਖਰਾਬ ਹੋ ਜਾਂਦੇ ਆ ਜੇ ਆਉਂਦੇ ਵੀ ਹੁੰਦੇ ਸੀ ਨਾ ਉਹ ਵੀ ਬਲਦੀਆਂ ਰਹਿੰਦੀਆਂ ਬਲਦੀਆਂ ਰਹਿੰਦੀਆਂ ਨੂੰ ਲਿਆ ਕੇ ਦਿੱਤੇ ਸੀ ਸਰਦੀਆਂ ਗੁਜ਼ਰ ਗਈਆਂ ਇਹ ਤਾਂ ਮੇਰੇ ਖਿਆਲ ਵਾਟਰ ਪਰੂਫ ਨੀ ਕੀ ਉਹਨੂੰ ਬੋਲਦੇ ਹੁੰਦੇ ਆ ਨਹੀਂ ਹੈ ਨਾ ਬਸ ਆ ਤੇਰੇ ਮੂੰਹ ਤੋਂ ਅੱਛਾ ਅੱਛਾ ਠੀਕ ਹੋ ਗਿਆ ਉਹ ਬੋਤੀ ਹੋ ਗਈ ਆ ਜੇ ਇਹਦੇ ਕੋਲ ਮੈਂ ਵੀ ਜਿਹਦੀ ਇਹਦੇ ਬੰਦਾ ਛਿੱਤਰ ਛਿੱਤਰ ਮਾਰ ਦੇ ਕਿਤੇ ਸੜਦਾ ਕੋਈ ਨਹੀਂ ਇਹਦੀ ਛੋਟੀ ਹੋ ਗਈ ਹਾਂ ਉਹ ਤੇ ਆ ਤੇ ਹਰ ਤੇ ਪ੍ਰੈਕਟਿਸ ਕਰਵਾ ਬਈ ਫਿਆ ਦਾ ਚੈੱਕ ਕਰ ਬਈ ਫਿਆ ਕਿਸ ਤਰ੍ਹਾਂ ਆ ਸਹੀ ਹੈ ਮਾਸ਼ਾਅੱਲਾ ਉਹ ਮੈਨੂੰ ਜ਼ਿਆਦਾ ਬੈਸਟ ਲੱਗਿਆ ਕਾਲਾ ਨਾ ਗੱਲ ਚ ਪਾ ਦਿਆ ਕਰਨੀ ਸਕੂਲ ਦਾ ਇਹਨੂੰ ਪੋਸ ਪੈ ਗਿਆ ਕੋਈ ਗੱਲ ਬੇਟਾ ਖੇਲਣ ਤੋਂ ਖੇਲਣ ਵਾਸਤੇ ਆ ਕੀ ਬੇਟਾ ਪਰਫਿਊਮ ਆਹ ਚੈੱਕ ਕਰੋ ਜੀ
ਇਹ ਲੇਡੀਜ਼ ਵਾਸਤੇ ਕਿ ਜੈਂਟਸ ਵਾਸਤੇ? ਸੁਰੀਆਂ ਟਿੰਡ ਤੇ ਕਰਾ ਲਈ, ਹੋਰ ਸੁਰੀਆਂ ਪਤਾ ਨਹੀਂ ਟਿੰਡ ਤੇ ਲੱਗਣ, ਟਿੰਡ ਤੇ ਲਾ ਦਿੱਤੀਆਂ ਬਸ। ਮੈਂ ਵੀ ਤਾਂ ਹਰ ਗੱਲ 'ਚ ਟਿੰਡ ਦੇ ਸੀ ਕਹਿੰਦੀ, ਹੁਣ ਮੈਂ ਗੱਲ 'ਚ ਟਿੰਡ ਦੇ ਸੀ ਜੇ ਚਵੇਂ ਟਿੰਡ ਲਈ ਨਿਕਲ ਗਏ ਮੈਂ ਕੋਈ ਗੱਲ ਨਹੀਂ ਕਰਦੀ। ਵਾਲ ਸੱਦਿਆਂ 'ਚ ਆ ਜਾਣੇ ਨੇ ਵਾਲ। ਅੱਛਾ ਜੀ, ਕੋਈ ਸਪੈਸ਼ਲ ਜ਼ਰੂਰ ਦੱਸਿਆ ਕਿ ਮੇਰੀਆਂ ਚੀਜ਼ਾਂ ਕਿਸ ਤਰ੍ਹਾਂ ਨੇ ਲੱਗੀਆਂ ਤੁਹਾਨੂੰ, ਤਿਆਰੀਆਂ ਦੇਖੀ ਇਹ ਤਾਂ ਅਰਬੀ ਕੰਪਨੀ ਆ। ਸ਼ੈਂਪੂ ਮੁੱਕਦੀ ਬੜੀ ਖੁਸ਼ ਹੋ ਗਏ ਅਸੀਂ ਬਾਨੇ ਔਰ ਚੱਕੀ ਤੇ ਬੜੀ ਫਿਰ ਨਾ ਵਿੱਚੋਂ ਨਹੀਂ ਫਤਮਾ ਨੂੰ ਮੂੰਹ ਲੈ ਲਓ ਬਹੁਤ ਅੰਦਰ ਚੰਗਾ ਕਰਦੀ ਹੈ ਤੇ ਇਹਦੀਆਂ ਬਾਹਾਂ ਚ ਧੁੰਗਦੀ ਤੇ ਬਈ ਖਿਆਲ ਅੱਛਾ ਕਾ ਪਰ ਨਾਲ ਹੈ ਕਿ ਕਾਕਾ ਆ ਟੇ ਆ ਆ ਨੀਲਾ ਟੇ ਆ ਨਹੀਂ ਨਾ ਆ ਵਾਲਾ ਇਹਨੇ ਕੋ ਤਾਰ ਦੇ ਤੂੰ ਆ ਤਾਂ ਆ ਦਾ ਹਾਂ ਇਸ ਤਰ੍ਹਾਂ ਲਗਾ ਕੇ ਆਂਸਰ ਬਸ ਜ਼ਰੂਰ ਕਰਨੀ ਹੈ ਸਭ ਤੋਂ ਬਈ ਖਿਆਲ ਸ਼ੂਜ਼ ਕਿਸ ਤਰ੍ਹਾਂ ਦੇ ਲੱਗੇ ਮੈਨੂੰ ਆ ਦਿੱਤੀ ਮੁੱਕ ਗਈ ਮੈਨੂੰ ਬਹੁਤ ਪਿਆਰ ਲੱਗੇ ਮੈਂ ਤਾਂ ਬਹੁਤ ਪਿਆਰ ਲੱਗੇ ਕੀ ਨਾ ਚਲੀਏ।
ਅੱਛਾ ਜੀ, ਜਿੱਥੋਂ ਵੀ ਗਿਫਟ ਆ ਰਹੇ ਅਸੀਂ ਸ਼ੁਕਰੀਆ ਅਦਾ ਕਰਨਾ ਉਹਨਾਂ ਦੇ, ਅਗਰ ਸਾਡੀ ਵੀਡੀਓ ਵੇਖ ਰਹੇ ਨੇ ਤਾਂ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਦੁਆਵਾਂ 'ਚ ਯਾਦ ਜੀ, ਕਮੈਂਟ ਸੈਕਸ਼ਨ ਦੀ ਜ਼ਰੂਰਤ ਹੈ ਜੀ, ਪਿੱਛੇ ਕਿੰਨੀਆਂ ਸਾਰੀਆਂ ਚੀਜ਼ਾਂ ਲੱਗੀਆਂ ਤੁਹਾਨੂੰ ਅਤੇ ਸਾਨੂੰ ਤਾਂ ਬਹੁਤ ਪਿਆਰੀਆਂ ਲੱਗੀਆਂ।